ਤੁਹਾਡੀ ਚਟਪਟੀ ਚਾਚੀ ਭਤੀਜੇ ਦਾ ਵਿਆਹ ਕਰਕੇ ਭੈਣ ਜੀ ਇੰਨਾ ਵਧੀਆ ਵਿਆਹ ਤੁਸੀਂ ਨਾ ਦੇਖਿਆ ਹੋਏਗਾ ਤੇ ਨਾ ਸੁਣਿਆ ਹੋਏਗਾ ਮੈਂ ਤੁਹਾਨੂੰ ਸਾਰਾ ਹਾਲ ਸੁਣਾਉਂਦੀ ਹਾਂ ਕੱਲ ਜਦੋਂ ਮੈਂ ਕੱਪੜੇ ਕੁਪੜੇ ਪਾ ਕੇ ਥੱਲੇ ਗਈ ਇੰਨੀ ਸੋਹਣੀ ਲੱਗ ਰਹੀ ਸੀ ਮੈਂ ਤੇ ਮੇਰਾ ਤੇ ਰੂਪ ਨਹੀਂ ਚੱਲਿਆ ਜਾਂਦਾ ਤੇ ਸਾਰੇ ਮੈਂ ਬਾਹਰ ਨਿਕਲੀ ਤੇ ਸਾਰੇ ਮੇਰੀ ਬਿਲਡਿੰਗ ਵਾਲੇ ਨਾ ਬਾਲਕਨੀਆਂ 'ਚ ਖੜੇ ਹੋ ਕੇ ਮੈਨੂੰ ਵੇਵ ਕਰਦੇ ਕਹਿੰਦੇ ਵਧਾਈਆਂ ਹੋਣ ਭੂਆ ਨੂੰ ਮੁਬਾਰਕਾਂ ਯੇ ਵੋ ਭੈਣ ਜੀ ਸੂਰੀ ਬੈਠੀ ਨਾ ਆਪਣੀ ਢੋਲਕੀ ਲੈ ਕੇ ਆ ਗਏ ਤੇ ਉੱਥੇ ਅਰੋੜਾ ਸਾਹਿਬ ਨੂੰ ਕਹਿਣ ਲੱਗੇ ਬਈ ਰੈਂਪ ਵਾਕ ਕਰੋ ਤੁਸੀਂ ਥੋੜਾ ਸਾਰੇ ਚੱਲ ਕੇ ਦਿਖਾਓ ਮੈਨੂੰ ਇਹ ਲੱਗੇ ਮੈਂ ਤੇ ਪਸੀਨਿਆਂ ਹੋ ਗਈ ਹਾਂ ਇੰਨੇ ਵਧੀਆ ਸੋਰੀ ਭੈਣ ਜੀ ਨੇ ਜਿਹੜੇ ਇੰਨੇ ਬਹੁਤ ਵਧੀਆ ਗਾਣੇ ਗਾਏ ਹੁਣ ਮੇਰੀ ਆਵਾਜ਼ ਚੰਗੀ ਨਹੀਂ ਪਰ ਮੈਂ ਤੁਹਾਨੂੰ ਦੱਸਣੀ ਆ ਮੈਂ ਕੜੇ ਗਾਣੇ ਗਾਏ ਟੋਲਾ ਵੇ ਟੋਲਾ ਹਾਏ ਟੋਲਾ ਟੋਲਾ ਵੇ ਟੋਲਾ ਹਾਏ ਟੋਲਾ ਉਹ ਕੁੜੀ ਲੱਗਦੀ ਪੰਜਾਬਣ ਲੱਗਦੀ ਪੰਜਾਬਣ ਹਾਏ ਟੋਲਾ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲ ਨੀ ਉਹ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲ ਨੀ ਉਹ ਗੋਰਿਆਂ ਨੂੰ ਦਫਾ ਕਰੋ ਗੋਰਿਆਂ ਨੂੰ ਦਫਾ ਕਰੋ ਕਾਲਾ ਸ਼ਾ ਕਾਲਾ ਫਿਰ ਜੀ ਉਸ ਬਾਅਦ ਮੈਂ ਗੱਡੀ ਲਈ ਤੇ ਸਿੱਧਾ ਉੱਥੇ ਪਹੁੰਚ ਗਈ 15 ਮਿੰਟ ਲੱਗੇ ਰਸਤੇ 'ਚ ਕੋਈ ਵੀ ਨਹੀਂ ਹੈਗਾ ਸੀ ਔਰ ਸਾਰੇ ਬੰਦੇ ਆਏ ਹੋਏ ਸੀ ਬਸ ਫਟਾਫਟ ਪੰਡਿਤ ਜੀ ਨੇ ਵਿਆਹ ਕੀਤਾ ਤੇ ਉੱਥੇ ਜਿਹੜੇ ਨੇ ਰੋਟੀ ਖਾਣ ਲੱਗੇ ਪ੍ਰਾਪਰ ਜੈ ਜੀ ਮੇਰੇ ਸਬਜ਼ੀ ਲੈ ਕੇ ਆਏ ਹੋਏ ਸੀ ਖਾਣਾ ਵਗੈਰਾ ਉਹ ਵੀ ਲੈ ਕੇ ਆਏ ਸੀ ਅਸੀਂ ਸਾਰਿਆਂ ਨੇ ਮਿਲ ਕੇ ਖਾਧਾ ਇੰਨਾ ਸਵਾਦ ਆਇਆ ਇਹ ਹੋਟਲਾਂ ਦੇ ਵਿੱਚ ਤਾਂ ਕੰਜਰ ਕੁਛ ਵੀ ਨਹੀਂ ਬਣਾਉਂਦੇ ਐਵੇਂ ਤੇਲ ਔਰ ਮਸਾਲੇ ਪਾਉਂਦੇ ਘਰ ਦੀ ਚੀਜ਼ ਤਾਂ ਘਰ ਦੀ ਹੁੰਦੀ ਹੈ ਪਤਾ ਉਹਨਾਂ ਨੇ ਕੀ ਸਬਜ਼ੀ ਬਣਾਈ ਮੇਰੇ ਭਰਜਾਈ ਨੇ ਇਹ ਤੁਸੀਂ ਪੂਰੇ ਹਿੰਦੁਸਤਾਨ 'ਚ ਨਹੀਂ ਕਿਧਰੇ ਖਾਧੀ ਹੋਏਗੀ ਇਹ ਜੀ ਕਟਹਲ ਬਣਾਇਆ ਬਹੁਤ ਹੀ ਵਧੀਆ ਇੰਨਾ ਮਜ਼ਾ ਆਇਆ ਥੋੜ੍ਹਾ ਜ਼ਿਆਦਾ ਖਾ ਲਿਆ ਮੈਂ ਨਾ ਫਿਰ ਦੋ ਨਾ ਆਪਣੇ ਗੁੱਚੀ ਦਾ ਜਿਹੜਾ ਬੈਗ ਨਾ 1.5 ਲੱਖ ਦਾ ਉਹਦੇ 'ਚ ਮੈਂ ਮਗਾ ਕੱਢੀ ਮੈਂ ਮੂੰਹ 'ਚ ਪਾਈ ਹੋਰ ਵੀ ਕਹਿੰਦੇ ਵੀ ਸਾਨੂੰ ਵੀ ਦੇ ਦਿਓ ਅਸੀਂ ਵੀ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਰੋਟੀ ਖਾ ਕੇ ਮੈਂ ਵੀ ਸਭ ਨੂੰ ਦੇ ਤੀ 2 ਮਿੰਟਾਂ 'ਚ ਠੀਕ ਹੋ ਗਈ ਉਸ ਤੋਂ ਬਾਅਦ ਜੀ ਸਾਡੀ ਮੂੰਹ ਦਿਖਾਈ ਹੁੰਦੀ ਹੈ ਮੂੰਹ ਦਿਖਾਈ ਹੋਈ ਤੇ ਮੈਂ ਨਾ ਰਾਤੀ ਕੀ ਕੀਤਾ ਸੀ ਕਿ ਜਿਹੜੀ ਮੇਰੀ ਬਨਾਰਸੀ ਸਾੜੀ ਸੀ ਨਾ ਤੇ ਇੱਕ ਕਾਟਨ ਦੀ ਸਾੜੀ ਲੈ ਕੇ ਮੈਂ ਬਹੁਤ ਵਧੀਆ ਮਾਸਕ ਬਣਾ ਦਿੱਤੇ ਸੀ ਹੁਣ ਸਿਲਕ ਦੀ ਸਾੜੀ ਤੇ ਸਿਲਕ ਦੀ ਹੁੰਦੀ ਮੈਂ ਕੁੜੀ ਨੂੰ ਕਿਹਾ ਬਈ ਤੂੰ ਮੈਂ ਤੇਰਾ ਨਹੀਂ ਮੂੰਹ ਦੇਖ ਸਕਦੀ ਤੇ ਤੂੰ ਮੇਰਾ ਨਹੀਂ ਮੂੰਹ ਦੇਖ ਸਕਦੀ ਹੁਣ ਤੇ ਬਸ ਤੂੰ ਇਹ ਮੇਰੇ ਕੋਲ ਨਾ ਮਾਸਕ ਲੈ ਲੈ ਤੇ ਉਹਨੂੰ ਬਹੁਤ ਪਸੰਦ ਆਇਆ ਸਾਰਿਆਂ ਨੇ ਬੜੀਆਂ ਤਾਰੀਫਾਂ ਕੀਤੀਆਂ ਮੈਂ ਨਾ ਕੁੜੀ ਦੇ ਮਾਂ ਪਿਓ ਵਾਸਤੇ ਵੀ ਨਾ 5-6 ਲੈ ਗਈ ਸੀ ਮੈਂ ਕਿਹਾ ਇਹ ਤੁਸੀਂ ਵੀ ਲੈ ਲਓ ਉਹਨਾਂ ਨੂੰ ਬਹੁਤ ਵਧੀਆ ਲੱਗਾ ਤੇ ਮੇਰਾ ਨਾ ਭਰਾ ਨਾ ਮੈਨੂੰ ਕੋਨੇ ਤੇ ਲੈ ਗਿਆ ਕਹਿੰਦਾ ਦੇਖ ਮੈਂ ਤੈਨੂੰ ਪੈਸੇ ਕੋਈ ਹੱਥ 'ਚ ਨਹੀਂ ਦਾਂਗਾ ਇਹ ਨਾ ਔਨਲਾਈਨ ਕਰਾਂਗਾ ਤੇਰਾ ਬੜਾ ਬੰਦਾ ਹੈ ਸਗਨ ਬੰਦਾ ਹੈ ਕੁੜਮਾਈ ਦਾ ਬੰਦਾ ਹੈ ਇਹ ਕੋੜੀ ਚੜੀ ਦਾ ਬੰਦਾ ਕਿੰਨੀਆਂ ਚੀਜ਼ਾਂ ਦਾ ਰਸਮਾਂ ਹੁਣ 100 ਚੀਜ਼ਾਂ ਉਹਨੇ ਗਿਰਵਾ ਦਿੱਤੀਆਂ ਮੈਨੂੰ ਇੰਜ ਲੱਗਿਆ ਜਿਵੇਂ ਨਾ ਮੋਦੀ ਜੀ ਨਾ ਇਕਨੋਮਿਕ ਪੈਕੇਜ ਮੈਨੂੰ ਦੇ ਰਹੇ ਨੇ ਕਹਿੰਦੇ ਇਹ ਸਾਰੇ ਪੈਸੇ ਨਾ ਮੈਂ ਤੈਨੂੰ ਔਨਲਾਈਨ ਦਾਂਗਾ ਤੂੰ ਆਪਣਾ ਬੈਂਕ ਅਕਾਊਂਟ ਦੇ ਦੇ ਉੱਥੇ ਕਿਸੇ ਨੇ ਵੀ ਨਾ ਹੱਥ ਵਿੱਚ ਪੈਸੇ ਨਹੀਂ ਦਿੱਤੇ ਬਿਨਾਂ ਟੱਚਲੈਸ ਉਹਨਾਂ ਨੇ ਸਭ ਨੇ ਪੈਸੇ ਆਪਣੇ ਸਗਨ ਸੁਗਨ ਪਾ ਦਿੱਤੇ ਇਹ ਦੇਖੋ ਕਿੰਨਾ ਵਧੀਆ ਕੰਮ ਹੋ ਗਿਆ ਸੋਸ਼ਲ ਡਿਸਟੈਂਸਿੰਗ ਵੀ ਹੋ ਗਈ ਮਾਸਕ ਔਰ ਅਸੀਂ ਕਿਸੇ ਨੂੰ ਨਾ ਜੱਫੀ ਛੱਫੀ ਨਹੀਂ ਮਾਰੀ ਤੁਹਾਨੂੰ ਪਤਾ ਪੰਜਾਬੀ ਲੋਕ ਬੜੇ ਜੱਫੀਆਂ ਛੱਫੀਆਂ ਮਾਰਦੇ ਨੇ ਉਸ ਤੋਂ ਬਾਅਦ ਕੀ ਹੋਇਆ ਕਿ ਉੱਥੇ ਉਹਨਾਂ ਨੇ ਵੈਬ ਬ੍ਰੌਡਕਾਸਟ ਕੀਤਾ ਮੈਰਿਜ ਨੂੰ ਜੋ ਉੱਥੇ ਫੰਕਸ਼ਨ ਹੋ ਰਿਹਾ ਸੀ ਪੂਰਾ ਦਾ ਪੂਰਾ ਬ੍ਰੌਡਕਾਸਟ ਹੋ ਰਿਹਾ ਸੀ ਜਿਹੜੇ ਮੇਰੇ ਸਾਡੇ ਰਿਸ਼ਤੇਦਾਰ ਹੈ ਉਹਨਾਂ ਦੇ ਰਿਸ਼ਤੇਦਾਰ ਹੈ ਸਾਡੇ ਦੋਸਤ ਯਾਰ ਸਾਰੇ ਬੰਦੇ ਜਿਹੜੇ ਨੇ ਉਹ ਦੇਖ ਪਾ ਰਹੇ ਸੀ ਉਹਨੂੰ ਤੇ ਉਹਨਾਂ ਨੇ ਵੀ ਕੀ ਕੀਤਾ ਸਾਰੇ ਰਿਸ਼ਤੇਦਾਰਾਂ ਨੇ ਕਿ ਆਪਣੀਆਂ ਆਪਣੀਆਂ ਵੀਡੀਓ ਜਿਹੜੀਆਂ ਉੱਥੇ ਉਹਨਾਂ ਨੇ ਲਗਾਈਆਂ ਦਿਖਾਈਆਂ ਕਿ ਅਸੀਂ ਕਿੰਨਾ ਇੰਜੋਏ ਕਰ ਰਹੇ ਹਾਂ ਮੇਰੀ ਭਤੀਜੀ ਜਿਹੜੀ ਹੈ ਉਹ ਘਰ ਹੀ ਟੱਪੇ ਪਾਉਂਦੀ ਪਈ ਹੈ ਡਾਂਸ ਵੀ ਕਰਦੀ ਹੈ ਸਾਫੇ ਸੁਫੇ ਬੰਨ ਕੇ ਜਰੀ ਦੇ ਕੱਪੜੇ ਪਾਏ ਹੋਏ ਸਾੜੀਆਂ ਪਾਈ ਹੋਈਆਂ ਬੱਚਿਆਂ ਦੇ ਕੱਪੜੇ ਪਾਇਆ ਨਵੇਂ ਨਵੇਂ ਖਾਣੇ ਬਣਾ ਕੇ ਕਹਿ ਰਹੇ ਦੇਖੋ ਜੀ ਅਸੀਂ ਅੱਜ ਇੱਥੇ ਸੈਲੀਬ੍ਰੇਟ ਕਰ ਰਹੇ ਹਾਂ ਉੱਥੇ ਮੇਰੇ UK ਵਾਲੇ ਵੀ USA ਵਾਲੇ ਆਸਟ੍ਰੇਲੀਆ ਅੱਜ ਕੱਲ੍ਹ ਸਾਰੇ ਤਾਂ ਲੋਕ ਬਾਹਰ ਹੀ ਰਹਿੰਦੇ ਨੇ ਤੇ ਉਹ ਆਉਂਦੇ ਦੇਖੋ ਕਿੰਨਾ ਖਰਚਾ ਆਉਂਦਾ ਉਹਨਾਂ ਦੀ ਟਿਕਟਾਂ ਦਾ ਪਰ ਸਾਰਿਆਂ ਨੇ ਬੜਾ ਇੰਜੋਏ ਕੀਤਾ ਪਰ ਜਿਹੜੀ ਮਿਲਣੀ ਹੈ ਨਾ ਉਹ ਸਭ ਤੋਂ ਬੈਸਟ ਸੀ ਦੇਖੋ ਅੱਜ ਕੱਲ੍ਹ ਜਿਹੜੀ ਮਿਲਣੀ ਹੁੰਦੀ ਉਹਦੇ ਵਿੱਚ ਕਿਹੜੇ ਜੇਬੇ 'ਚ ਪੈਸੇ ਪਾਉਣੇ ਇੱਕ ਜੱਫਾ ਮਾਰਨੇ ਫੋਟੋ ਖਿਚਵਾਉਣੀ ਵਾਪਸ ਆ ਜਾਣੀ ਉਹਨਾਂ ਨੇ ਇੰਨੀ ਵਧੀਆ ਕੀਤੀ ਸਾਰਿਆਂ ਨੇ ਨਾ ਆਪਣੀ ਆਪਣੀ ਇੰਟਰੋਡਕਸ਼ਨ ਦਿੱਤੀ ਦੱਸਿਆ ਕਿ ਅਸੀਂ ਕੌਣ ਆ ਅਸੀਂ ਕੀ ਕਰਨੇ ਆ ਸਾਡਾ ਕੀ ਕੰਮ ਹੈ ਔਰ ਅਸੀਂ ਕਿਸ ਤਰ੍ਹਾਂ ਇਸ ਨੂੰ ਹੋਰ ਅੱਛੀ ਤਰ੍ਹਾਂ ਸੈਲੀਬ੍ਰੇਟ ਕਰ ਸਕਦੇ ਹਾਂ ਕਿੰਨੀ ਵਧੀਆ ਗੱਲ ਹੈ ਸਾਨੂੰ ਨਾ 5 ਮਿੰਟਾਂ 'ਚ ਪਤਾ ਚੱਲ ਗਿਆ ਕਿ ਇਹ ਕੌਣ ਲੋਕ ਨੇ ਕਿੱਥੇ ਰਹਿੰਦੇ ਨੇ ਕਿ ਐਸਾ ਲੱਗੇ ਸਾਡੇ ਆਪਣੇ ਰਿਸ਼ਤੇਦਾਰ ਹੈ ਇਹ ਕਿੰਨੀ ਵਧੀਆ ਚੀਜ਼ ਹੈਗੀ ਭਾਈ ਜੀ ਇਹ ਜਿਹੜੇ ਅਸੀਂ ਕਰਨੇ ਆ ਨਾ ਡੈਸਟੀਨੇਸ਼ਨ ਵੈਡਿੰਗ ਤੇ ਹੋਟਲਾਂ 'ਚ ਜਾਂਦੇ ਹਾਂ ਤੇ 10 ਫੰਕਸ਼ਨ ਕਰਨੇ ਇਹਦੇ ਜਿਹੜੇ ਸਿਆਪੇ ਜੋ ਗਏ ਨੇ ਇਹ ਤਾਂ ਜਿਹੜੇ ਕੰਜਰ ਨੇ ਐਵੇਂ ਪੈਸੇ ਸਾਡੇ ਰੋਲ ਤੇ ਇੰਨੀ ਮੈਨੂੰ ਮਜ਼ਾ ਆਇਆ ਇਹ ਵਿਆਹ ਤੇ ਇੰਜ ਲੱਗਿਆ ਇਹ ਸਾਂਝੇਦਾਰੀ ਦਾ ਵਿਆਹ ਹੈ ਅਸੀਂ ਸਾਰਿਆਂ ਨੇ ਮਿਲ ਕੇ ਉਹਨੂੰ ਅਟੈਂਡ ਕੀਤਾ ਸਾਰਿਆਂ ਨੇ ਦੇਖਿਆ ਭਾਈ ਜੀ ਮੇਰਾ ਤਾਂ ਇਹ ਦਿਲ ਕਰਦਾ ਹੈ ਅਗਰ ਮੇਰਾ ਵਿਆਹ ਹੋਣਾ ਹੁੰਦਾ ਨਾ ਦੂਸਰਾ ਤਾਂ ਮੈਂ ਕਰ ਨਹੀਂ ਸਕਦੀ ਮੈਂ ਇਸੇ ਤਰ੍ਹਾਂ ਕਰਦੀ ਹੁਣ ਮੈਂ ਆਪਣੇ ਬੱਚਿਆਂ ਦਾ ਵਿਆਹ ਨਾ ਬਿਲਕੁਲ ਇਸੇ ਤਰ੍ਹਾਂ ਕਰਾਂਗੀ ਤੇ ਤੁਸੀਂ ਵੀ ਇਹਦੇ ਹੁਣੇ ਬੁਲਾਵੇ ਆਉਣੇ ਨੇ ਤੁਸੀਂ ਉੱਥੇ ਜਾਣਾ ਤੇ ਇੰਜੋਏ ਕਰਨਾ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਵਜਾਉਣਾ।